साथियों नमस्कार। आज हम आपको कुश्ती दिखाने जा रहे हैं। ये कुश्ती सांबा के LOC के पास हो रही है और ये जो पहलवान जो हैं यहाँ पर ये कुश्ती लड़ रहे हैं। हम आपको हर कुश्ती का मज़ा दिखाएंगे। चलिए आगे चलते हैं। ਭਾਈ ਅਸ਼ੋਕ ਦੀ ਪਹਿਲਵਾਨ ਦੀ ਕੁਸ਼ਤੀ ਦਾ ਲੈ ਕੇ ਆਈਏ ਸਾਡੇ ਪਾਸੋਂ ਤੋਂ ਇੱਧਰ ਕਹਿ ਦਈਏ ਭਾਈ ਸਾਡੇ ਰੈਫਰੀ ਨੇ ਜਿਹੜੇ ਭਰਾ ਪਹਿਲਾਂ ਪਰਚੀ ਲੈ ਕੇ ਫਿਰ ਕੁਸ਼ਤੀ ਨੂੰ ਸ਼ੁਰੂ ਕਰਾਂਗੇ। ਪਰਚੀ ਲੈ ਰਹੀ ਹੈ ਪਹਿਲਾਂ ਪ੍ਰਬੰਧਕ ਕਮੇਟੀ ਤੋਂ, ਉਸ ਤੋਂ ਬਾਅਦ ਕੁਸ਼ਤੀ ਸ਼ੁਰੂ ਕਰਾਂਗੇ। ਨੋਟ ਕਰੋ, ਵਾਹ ਜੀ ਵਾਹ, ਲੱਗਿਆ ਹੋਇਆ ਪੁੱਤਰ ਦਾ ਸਾਪ ਬਣਾਵੇ ਇਹ ਗੱਲ ਕਿਸੇ ਦੀ ਦੱਸੀਏ ਨਾ ਕਿਸੇ ਦੀ ਗੱਲ ਰੱਖੀ
ਤਾਂ ਲੈ ਹੀ ਆ ਗਈ ਗੁਰਮੇਲ ਸਿੰਘ ਜੀ ਤੋਂ, ਦੋ ਵੀ ਧੰਨਵਾਦ ਕਰਦੇ ਹਾਂ। ये जो पहलवान है ये हैंडीकैप्ड है, देखिए इसकी कुश्ती कैसे है वो भी हम आपको दिखाएंगे। ਹੁੰਦੀ ਹੈ ਦਰਸ਼ਕੋ ਤਾੜੀ ਮਾਰਦੇ ਜੋਰ ਜਿਸ
ਸਵਾਦ ਆਉਂਦਾ ਕੁਸ਼ਤੀ ਦਾ। ਅੱਜ ਵੀ ਫਾਈਨਲ ਦੀ ਕੁਸ਼ਤੀ ਕਹਿ ਦਈਏ, ਅੱਜ ਵੀ ਮਾਲੀ ਦੀ ਕੁਸ਼ਤੀ ਕਹਿ ਦਈਏ। ਵਾਕਈ ਵੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ। ਉਹ ਬਾਬਾ ਸਮੇਂ ਦੀਆਂ ਹੁਣ ਜਿੰਨਾ ਨਹੀਂ ਸੰਤਾ ਬਣਿਆ, ਉਹ ਰੋਲਾ ਰੋਲਾ ਲਾ ਕੇ ਮਹਿਲ ਜਾਂਦੇ ਨੇ ਚਿੜੇ ਕਿ ਇੱਕੋ ਹਿੱਸੀ ਜਣ ਜੇ ਚੱਜ ਨਾਲ ਲੱਗ ਜੇ। ਪਹਿਲੀ ਜੋੜ ਵਾਲਿਆਂ ਤੋਂ ਲੋਟ ਜਾਂਦੇ ਨੀ ਗਿਣੇ ਕਿ ਇੱਕੋ ਹਿੱਸੀ ਜਣ ਜੇ ਚੱਜ ਨਾਲ ਲੱਗ ਜੇ। ਪਹਿਲੀ ਜੋੜ ਵਾਲਿਆਂ ਤੋਂ ਨੋਟ ਜਾਂਦੇ ਨੀ ਗਿਣੇ। ਵਾਕਈ ਇੱਕ ਨੰਬਰ ਦੀ ਝੰਡੀ ਵਾਲਿਆਂ ਕੋਲ ਨੋਟ ਨੀ ਗਿਣੇ ਜਾਂਦੇ। ਉੱਧਰ ਕਹਿ ਦਈਏ ਬਈ 21,000 ਕਹਿ ਦਈਏ ਬਈ ਸੋਹਣਿਆ 21,000। ਵਾਹ ਜੀ ਵਾਹ ਸੋਹਣਿਆ ਬਾਬਾ ਜੀ ਦੀਆਂ ਇਹ ਬਾਤਾਂ ਸਮੇਂ ਦੀਆਂ ਨੇ ਕਿ ਹੱਥ ਬਗਾਨਾ ਖਾਣਾ ਉਹ ਕੋਈ ਚੰਗੀ ਗੱਲ ਨਹੀਂ, ਕਿ ਬੇਈਮਾਨੀ ਨੂੰ ਤੁਰਦਿਆਂ ਰੋਕਣਾ ਵੀ ਕੋਈ ਮੰਦੀ ਗੱਲ ਨਹੀਂ, ਕਿ ਚੋਕੀ ਚੋਦਰ ਕਰਨਾ ਉਹ ਕੰਮ ਸਮਾਂ ਚੰਗਾ ਹੋਵੇ ਜਾਂ ਮਾੜਾ ਪੰਮਿਆਂ ਕਦੇ ਵੀ ਰੁਕਦਾ ਨਹੀਂ, ਕਿ ਸਮਾਂ ਚੰਗਾ ਹੋਵੇ ਜਾਂ ਮਾੜਾ ਉਹ ਪੰਮਿਆਂ ਕਦੇ ਵੀ ਰੁਕਦਾ ਨਹੀਂ। ਬੜੀ ਮਾਲੀ ਕਾ ਗੋਲ ਸ਼ੁਰੂ ਹੋ ਗਿਆ ਹੈ, ਦੇਖਦੇ ਹੈਂ ਕਿਆ ਹੋਤਾ ਹੈ। ਦੇਖਦੇ ਹੈਂ ਭਾਈ ਸਾਡਾ ਕੋਹੀ ਵਾਲਾ ਭਰਾ ਵੀ ਕੋਹੀ ਲੈ ਕੇ ਸਾਡੇ ਪਾਸੇ ਨੂੰ ਸੁਣਦਾ ਕਰੀ ਉਧਰ ਸਾਈਡ ਤੇ ਰਾਜ ਜੀ ਦਾ ਘੋੜੇ ਕਾ ਕਮਾਲ ਜੀ ਦੇਖਦੇ ਰਹੋ।
साथियों नमस्कार। ये जो मैं आपको वीडियो दिखा रहा हूँ मस्जिद की, यहाँ पीर बाबे की समाधि है और यहाँ के हिंदू ने इस मस्जिद को तामीर किया हुआ है और सेवा करते हैं और फल पाते हैं। जो भी मनोकामनाएं इनकी होती है पूर्ण करती हैं। आप लोग भी आएं इस यहाँ तक और जो आपके मन की इच्छा होगी उसको तन मन धन से माने और वो पूर्ण हो जाती है। ये मस्जिद सांबा सेक्टर के LOC पर विराजमान है। ये LOC है। थोड़ा मैं आपको नज़दीक ले चलता हूँ। नज़दीक से दिखाता हूँ कि देखें। जय बाबे जी, जय बाबे।